देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। सिख सद्भावना दल के मुखी भाई बलदेव सिंह वडाला साडे नाल मौजूद ने, गलबात करांगे। वडाला साहब, अज जिहड़ा तुसीं कमिश्नर पुलिस दे कोठी अगे पंथक मोर्चा होका दिता, वह की है? 328 सरूप श्री गुरु ग्रंथ साहिब महाराज जिया दे जेड़े श्रोमणी कमेटी ते काबिजल बादल दल वल्लों खुरद बुरद किए गए जां उन्हां मुताबक ओ अण अधिकारित महाराज दे सरूप किन्हां नूं कित्थे किवें दिते गए उन्हां दा इनसाफ लैण लई पिछले 4 नवंबर नूं अरदास करके सिख सद्भावना दल गुरद्वारा अकाल बुंगा साहिब बाबा फौजा सिंह दोवां मिसलां दे सेवादार सिख संगतां 64 दिन हो गए ने सानू बैठिया नू पंथक होका दिंदे आ। पंजाब सरकार उहदे कन्न ते जू नहीं सरकी, पुलिस प्रशासन ने कुछ नहीं किया। उस संघर्ष नू तिखा करदिआं जिथे मंत्री मंडल उहनां दे घरां दे बाहर जा के पंथक होका देण दा प्रोग्राम उलीकिया गया, 4 मंत्रियां दे घर दे बाहर जा के भी आए आ। अज पंजवां पंथक होका जमीर जगाऊ जिहड़ा सी अमृतसर साहब दे सीपी सरदार सुखचैन सिंह गिल उन्हां दे घर दे बाहर दिता गया। उन्हां नूं आवाज़ देण आए हैं कि जदों सुप्रीम कोर्ट कह रहा कि यह एक क्राइम केस है, उहदे ते कार्रवाई अनुसार उहदे ते मुकदमा दर्ज होना ते होवे, दूजे बन्ने जिहड़ा जिस बंदे ते होना है वह मन रहे ने कि असीं दोष कीता है, असीं कह रहे हैं कि साढ़े वल्लों मुकदमा दर्ज करो, तो फिर इहदे च रुकावट किस गल दी है, ਕਿਹੜੀ ਮਜਬੂਰੀ ਹੈ ਪੁਲਿਸ ਪ੍ਰਸ਼ਾਸਨ ਦੀ ਵੀ ਹੁਣ ਤੱਕ ਉਹ ਸਾਡੀ ਆਵਾਜ਼ ਨੂੰ ਕਿਉਂ ਨਹੀਂ ਸੁਣ ਰਿਹਾ? ਇਸ ਲਈ ਇਹ ਜਮੀਰ ਜਗਾਊ ਪੰਥਕ ਹੋਕਾ ਦੇਣ ਦਾ ਪ੍ਰੋਗਰਾਮ ਸੀ, ਅੱਜ ਉਹ ਦਿੱਤਾ ਗਿਆ। ਕੀ ਸਮਝਦੇ ਤੁਸੀਂ ਕੈਬਨਿਟ ਮੰਤਰੀਆਂ ਦੇ ਵੀ ਘਰ ਪੰਥਕ ਹੋਕਾ ਦਿੱਤਾ ਅਤੇ ਕੈਬਨਿਟ ਮੰਤਰੀਆਂ ਨੇ ਕੋਈ ਤੁਹਾਡੀ ਸੁਣਵਾਈ ਨਹੀਂ ਕੀਤੀ, ਕਿਆ ਕਮਿਸ਼ਨਰ ਪੁਲਿਸ ਕੁਛ ਸੁਣਵਾਈ ਕਰ ਸਕਦੇ ਨੇ ਇਸ ਮਾਮਲੇ ਵਿੱਚ? ਵੇਖੋ ਜੀ, ਕੈਬਨਿਟ ਮੰਤਰੀ ਤਾਂ ਕੈਪਟਨ ਦੇ ਬਣ ਕੇ ਰਹਿ ਗਏ ਨੇ, ਸੀਰੀ ਇੱਕ ਸੀਰੀ ਵੀ ਬਾਬਾ ਜੀ ਕਹਿੰਦੇ ਵੀ ਕਈ ਵਾਰੀ ਆਪਣੀ ਗੱਲ ਮਨਾ ਲੈਂਦਾ, ਅਤੇ ਮੈਨੂੰ ਲੱਗਦਾ ਵੀ ਉਹਨਾਂ ਨੇ ਇੰਨਾ ਕੁਝ ਜ਼ਮੀਰਾਂ ਵੇਚ ਛੱਡੀਆਂ ਨੇ ਕੁਰਸੀ ਦੀ ਖਾਤਰ ਵੀ ਉਹ ਕੈਪਟਨ ਨੂੰ ਕੁਛ ਵੀ ਨਹੀਂ ਕਹਿ ਸਕਦੇ ਮਾੜਾ ਚੰਗਾ। ਉਦੋਂ ਬਾਅਦ ਜਦੋਂ ਸਰਕਾਰਾਂ ਬੇਈਮਾਨ ਹੋ ਜਾਣ ਤਾਂ ਫਿਰ ਪ੍ਰਸ਼ਾਸਨ 'ਤੇ ਆਸ ਹੁੰਦੀ ਹੈ, ਕਿਉਂਕਿ ਪ੍ਰਸ਼ਾਸਨ ਨੇ ਕਿਸੇ ਮੰਤਰੀ ਦੇ ਕਹਿਣ 'ਤੇ ਨਹੀਂ ਤੁਰਨਾ ਹੁੰਦਾ, ਪ੍ਰਸ਼ਾਸਨ ਨੇ ਆਪਣੇ ਕਾਨੂੰਨ ਨੂੰ ਲੈ ਕੇ ਤੁਰਨਾ, ਅਤੇ ਕਾਨੂੰਨ ਦੇ ਸਾਹਮਣੇ ਇੱਕ ਮੰਤਰੀ ਅਤੇ ਇੱਕ ਚੋਰ ਲਈ, ਇੱਕ ਰਾਜੇ ਲਈ, ਇੱਕ ਭਿਖਾਰੀ ਲਈ ਇੱਕੋ ਨਜ਼ਰੀਆ ਹੁੰਦਾ ਅਤੇ ਹੋਣਾ ਵੀ ਚਾਹੀਦਾ। ਹੁਣ ਅਸੀਂ ਇਸ ਲਈ ਪ੍ਰਸ਼ਾਸਨ ਨੂੰ ਉਹ ਕਹਿ ਰਹੇ ਹਾਂ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਅਦਾ ਕਰੇ, ਉਦੋਂ ਬਾਅਦ ਕੋਰਟ ਦੀ ਜ਼ਿੰਮੇਵਾਰੀ ਉਹਨੇ ਕਿਵੇਂ ਲਾਗੂ ਕਰਾਉਣਾ। ਸ਼੍ਰੋਮਣੀ ਕਮੇਟੀ ਵੱਲੋਂ ਤਾਂ ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਤੱਕ ਨਹੀਂ ਦਿੱਤੀ ਗਈ, ਤੁਸੀਂ ਸਮਝਦੇ ਹੋ ਵੀ ਇਸ ਮਾਮਲੇ ਵਿੱਚ ਸ਼ਿਕਾਇਤ ਦੇਣੀ ਚਾਹੀਦੀ? ਵੇਖੋ ਜੀ, ਇੱਕ ਹੁੰਦਾ ਚੋਰ, ਇੱਕ ਹੁੰਦਾ ਡਾਕੂ। ਡਾਕੂ ਦਾ ਧਰਮ ਹੁੰਦਾ ਕਿ ਉਹ ਜੇ ਕਿਤੇ ਡਾਕਾ ਮਾਰਦਾ ਤਾਂ ਉਹਨੂੰ ਮੰਨਦਾ ਵੀ ਮੈਂ ਕੀਤਾ, ਉਹਦੀ ਜ਼ਮੀਰ ਹੁੰਦੀ ਹੈ। ਚੋਰ ਦੀ ਜ਼ਮੀਰ ਕੋਈ ਨਹੀਂ ਹੁੰਦੀ, ਚੋਰ ਚੋਰੀ ਵੀ ਕਰਦਾ ਹੈ ਅਤੇ ਨਿਸ਼ਾਨ ਵੀ ਮਿਟਾਉਂਦਾ ਹੈ, ਅਤੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਚੋਰਾਂ ਦਾ ਹੈ ਅਤੇ ਚੋਰ ਨਿਸ਼ਾਨ ਮਿਟਾਉਣ 'ਤੇ ਲੱਗੇ ਨੇ, ਨਾ ਕਿ ਹੋਈਆਂ ਗਲਤੀਆਂ 'ਤੇ ਦੁਬਾਰਾ ਉਹ ਪਰਚਾ ਦਰਜ ਕਰਾਉਣ। ਉਹ ਕਿਉਂ ਕਰਾਉਣਗੇ? ਇਸ ਲਈ ਕਿਉਂਕਿ ਉਹ ਚੋਰ ਨੇ, ਅਤੇ ਚੋਰ ਤਾਂ ਹੁਣ ਮੂੰਹ ਲਗਾ ਕੇ ਭੱਜਦਾ ਫਿਰਦਾ ਵੀ ਮੇਰੀ ਜਾਨ ਬਚ ਜਾਏ, ਉਹ ਨਹੀਂ ਕਰਾਉਣਗੇ। ਬਾਬਾ ਫੌਜਾ ਸਿੰਘ ਵੀ ਇੱਥੇ ਮੌਜੂਦ ਨੇ, ਗੱਲਬਾਤ ਕਰਾਂਗੇ। ਫੌਜਾ ਬਾਬਾ ਜੀ, ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਪੰਥਕ ਹੋਕਾ ਦਿੱਤਾ ਜਾ ਰਿਹਾ, ਕਮਿਸ਼ਨਰ ਪੁਲਿਸ ਨੇ ਵੀ ਇੱਥੇ ਆਣ ਕੇ, ਤੁਹਾਨੂੰ ਕੀ ਵਿਸ਼ਵਾਸ ਦਵਾਇਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਿੱਖ ਸਦਭਾਵਨਾ ਦਲ ਔਰ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੋਨਾਂ ਮਿਸਲਾਂ ਨੇ ਮਿਲ ਕੇ ਇੱਕ ਜ਼ਮੀਰ ਜਗਾਊ ਹੋਕਾ ਦਿੱਤਾ ਪੁਲਿਸ ਵਾਲਿਆਂ ਨੂੰ, ਉਹਨਾਂ ਦੀ ਬਣਦੀ ਫਰਜ਼ ਅਤੇ ਧਰਮ ਅਦਾ ਕਰਨ ਵਾਸਤੇ ਉਹਨਾਂ ਨੂੰ ਜਾਗਰੂਕ ਕੀਤਾ। ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਜਿੰਨੇ ਵੀ ਜੋਗੇ ਹਾਂ, ਜਿਸ ਦੀ ਸਾਡੀ ਕਲਮ ਦੀ ਤਾਕਤ ਹੈ, ਅਸੀਂ ਤੁਹਾਡੀ ਨਹੀਂ, ਅਸੀਂ ਗੁਰੂ ਦੀ ਸੇਵਾ ਵਿੱਚ ਜ਼ਰੂਰ ਹਿੱਸਾ ਪਾਵਾਂਗੇ, ਇਹ ਉਹਨਾਂ ਨੇ ਵਿਸ਼ਵਾਸ ਦਵਾਇਆ। ਸ਼੍ਰੋਮਣੀ ਕਮੇਟੀ ਕਿਉਂ ਨਹੀਂ ਕਾਰਵਾਈ ਕਰ ਪਾਈ, ਕਿਆ ਕੋਈ ਵੱਡੇ ਮਗਰਮੱਛ ਫਸੇ ਨਜ਼ਰ ਆ ਰਹੇ ਨੇ? ਦੇਖੋ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਕਰਾਊਗੀ? ਕਦੇ ਚੋਰ ਨੇ, ਜੱਜ ਦੇ ਸਾਹਮਣੇ ਦੋ ਖੜੇ ਹੁੰਦੇ ਆ, ਇੱਕ ਸ਼ਰੀਫ ਬੰਦਾ ਅਤੇ ਇੱਕ ਹੁੰਦਾ ਜਿਹਨੇ ਗਲਤੀ ਕੀਤੀ ਹੈ। ਜਿਹੜਾ ਗਲਤੀ ਕੀਤੀ ਹੁੰਦੀ ਹੈ ਉਹ ਜ਼ਿਆਦਾ ਰੌਲਾ ਪਾਉਂਦਾ ਹੁੰਦਾ, ਮੈਂ ਨਹੀਂ ਕੀਤੀ, ਮੈਂ ਨਹੀਂ। ਜਿਵੇਂ ਵਡਾਲਾ ਸਾਹਿਬ ਨੇ ਕਿਹਾ, ਉਹ ਨਿਸ਼ਾਨ ਮਿਟਾਉਣ ਨੂੰ ਲੱਗੇ ਹੋਏ ਨੇ, ਗਲਤੀ ਦਾ ਅਹਿਸਾਸ ਨਹੀਂ, ਉਹ ਨਿਸ਼ਾਨ ਮਿਟਾ ਰਹੇ ਨੇ। ਉਹ ਤਾਂ ਇੱਥੋਂ ਤੱਕ ਵੀ ਅਸੀਂ ਸੋਚਦੇ ਹਾਂ ਜਿਹੜੀ ਆਵਾਜ਼ ਉਠਾ ਰਹੇ ਹੈ, ਜਿਵੇਂ ਬਲਦੇਵ ਸਿੰਘ ਵਡਾਲਾ ਅਤੇ ਦਾਸ, ਸਾਡੀਆਂ ਆਵਾਜ਼ਾਂ ਮਿਟਾਉਣ ਦੀ ਵੀ ਸੋਚਦੇ ਹੋਣਗੇ, ਉਹਨਾਂ ਤੋਂ ਆਸ ਨਹੀਂ ਰੱਖੀ ਜਾ ਸਕਦੀ। ਬਾਬਾ ਜੀ, ਪਰ ਹੁਣ SGPC ਦੇ ਪ੍ਰਧਾਨ ਬਦਲੇ ਨੇ, ਕਿਆ ਉਹਨਾਂ ਨਾਲ ਪਹੁੰਚ ਕੀਤੀ ਗਈ ਹੈ ਬੀਬੀ ਜਗੀਰ ਕੌਰ ਤੱਕ? ਦੇਖੋ, ਉਹ ਕਹਿੰਦੇ
चेहरे बदले आ ते उन्हां दे कम्मां विच कोई फर्क नहीं। बीबी जगीर कौर दे कम्म तां उहदे नालों भी सारियां संगतां जाणदियां ने। इह आके इह किते हुण जे इनसाफ दे बीबी जगीर कौर जे बदली है तां बीबी जगीर कौर नूं असीं मन्नीए, मीडिया उहनूं पुछे, उह आके जिहड़े अधिकारी ने जिन्हां ने अण अधिकार कम्म कीते ने उन्हां ते पुलिस दर्ज अज करवा दे, असीं नाल उहनां दे ते करवा दे। बीबी जी तुसीं पुछो, असीं पुछदे हां। जे सरकार ने बदली है, कोई ईमानदार बंदा आया जो चाहती है, मेरी जमीर जागती आ, मैं संत प्रेम सिंह मराले वाले के खानदान चो हाँ और बड़ी उच्ची सुची हाँ, तो आवे थड़ा लगे आ, थड़े ते बैठे साडे नाल, असी मदद करते हैं। हज़ार पन्ने की रिपोर्ट इन्होंने जारी की आ, खुद मनते ने असी करप्ट आए, सब तो गलतियां हुई ने और कोई होर गल बनी तो बीबी जी आ जाए। फिर जे इन्होंने बदली की आ, देन इंसाफ। ये ड्रामे आ, बादल परिवार ड्रामे करता, बड़े नौटंकी ने, नाटकी ने, नाटकी ढंग नाल बहुत कुछ कर रहे ने। ये इन्हां ते परचा भी दर्द हो, इन्हूं गुरु दी मार भी पैनी है। जेकर अजे भी कोई सुनवाई नहीं होंदी तां अगली कोर्ट रणनीति की उलीकी? मैं कहा देखो जी, जे अगली ये नहीं करदे ना, अज मैं पुलिस वाले नूं कहता असीं कप्पण बन्नी फिरदे आ। डर उन्हां नूं हुंदा जिन्हूं मौत आखरी है, असीं मौत नूं जित्ती फिरदे आ। असीं ये देश दे अधिकारी आ, कानून तो खिलाफ काम नहीं करदे। कानून च रह के असी तो सैड पा के घोड़े हिणकण ला देंगे, उत्थे अखंड पाठ प्रकाश कर देंगे। असी चाहते हाँ ये सानू मारन, क्योंकि किसान भी हैं असी। बडाला साहब इत्थे हुंदे ने, मैं दिल्ली हुन्ना, ये दिल्ली हुंदे ने, मैं इत्थे हुन्ना, असी हुण फिर दिल्ली जाना। किसान दे पुत्तर भी हाँ, किसान कहिंदे असी वेले हो जाइए इधरों, तो मुड़ के फिर आप श्रोमणी गुरद्वारा प्रबंधक कमेटी घेरनी आ। असी पुलिस वाले भी कहने हुण साडे ते, असी जथेदार नूं भी कहने तुसी उन्हां ते डांगा वधाईयां, कितें फौजा सिंह ते डांग तां मारो ना। असीं पुलिस वाले नूं भी कहने कि साडे ते डांगा तां मारो ना, तुहानूं इस चीज़ का पता लगे, साहस होवे, क्योंकि ये जिहड़ा ना जे जिन्ना सानूं ये तंग करनगे, असीं तां थड़े ते उत्थे ला के सैड पा के अखंड पाठ प्रकाश कर दिंदे ने और असीं तां जिंदगी जित्ती फिरदे आ। तो इन्हां ने बिल्टां लाईआं होईआं, ये किसे बंधन च ने, असीं बंधना तों मुक्त आ, तो सानूं कहदा डर। तो फिर आज ना मैदान के बच्चे असं तो नित्रे हुए हैं, ये गल है जी। इस बाबा फौजा सिंह भाई बलदेव सिंह बडाला जेडे कि अज कमिश्नर पुलिस सुखचैन सिंह गिल के रिहायश के बाहर पंथक होका दे रहे हैं और यही मांग की जा रही है भी जेडे श्री गुरु ग्रंथ साहब जी के 328 पावन स्वरूप ने जेडे कि गायब हुए हैं, उन्होंने मामले में पुलिस प्रशासन हुण अगे आवे, जो आरोपी ने उन्होंने खिलाफ़ बनती कार्रवाई जी अमल में लिया जाए। कैमरा पर्सन मुकेश बाबा ना सिकंदर पसीचा, दैनिक सवेरा टीवी, अमृतसर। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठगां तो सावधान। स्पेशलिस्ट वशीकरण सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री 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 मियां रफीक मोहम्मद, मोबाइल 84374 94647, 84374 94648।